ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਆਪ ਸਭ ਦਾ ਬਰੀਫ ਪੰਜਾਬ ਚੈਨਲ ਵਿੱਚ। ਦੋਸਤੋ, ਅੱਜ ਪੰਜਾਬ ਵਿੱਚ ਇੱਕ ਬਹੁਤ ਵੱਡੀ ਅਤੇ ਗੰਭੀਰ ਸਮੱਸਿਆ ਨਾਲ ਪੰਜਾਬ ਜੂਝ ਰਿਹਾ ਹੈ। ਉਹ ਹੈ ਦਿਨੋਂ ਦਿਨ ਵਾਧਾ ਗੈਂਗਸਟਰਵਾਦ। ਹਰ ਰੋਜ਼ ਪੰਜਾਬ ਵਿੱਚੋਂ ਕੋਈ ਨਾ ਕੋਈ ਖਬਰ ਗੈਂਗਸਟਰਾਂ ਨਾਲ ਜੁੜੀ ਜ਼ਰੂਰ ਸਾਨੂੰ ਮਿਲ ਹੀ ਜਾਂਦੀ ਹੈ। ਇਹ ਗੈਂਗਸਟਰ ਡਾਊਨ ਸ਼ਬਦ ਪਹਿਲਾਂ ਫਿਲਮਾਂ ਬੰਬੇ ਅਤੇ ਦਿੱਲੀ ਵਾਲੇ ਪਾਸੇ ਸੁਣੇ ਜਾਂਦੇ ਸਨ, ਪਰ ਅੱਜ ਦੀ ਘੜੀ ਵਿੱਚ ਗੈਂਗਸਟਰ ਸ਼ਬਦ ਦਾ ਸਭ ਤੋਂ ਵੱਧ ਉਪਯੋਗ ਪੰਜਾਬ ਵਿੱਚ ਹੀ ਹੁੰਦਾ। ਪੰਜਾਬ ਵਿੱਚ ਗੈਂਗਸਟਰਵਾਦ ਕਿਵੇਂ ਸ਼ੁਰੂ ਹੋਇਆ, ਕਿਸ ਨੇ ਕੀਤੀ ਸ਼ੁਰੂਆਤ? ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋਏ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਨੇ ਆਪਣੇ ਇੱਕ ਗੀਤ ਵਿੱਚ ਇੱਕ ਵਾਰ ਇੱਕ ਸ਼ਖਸ ਡੀਪੀ ਚੰਦ ਭਾਣ ਦਾ ਜ਼ਿਕਰ ਕੀਤਾ ਸੀ ਕਿ ਟੇਢੀ ਪੱਗ ਬੰਨੇ ਡੀਪੀ ਚੰਦ ਭਾਣ ਵਰਗੀ। ਮੰਨਿਆ ਇਹ ਜਾਂਦਾ ਹੈ ਕਿ ਪੰਜਾਬ ਦੇ ਗੈਂਗਸਟਰ ਕਹਿ ਲਓ ਜਾਂ ਪੰਜਾਬ ਦਾ ਡਾਊਨ ਕਹਿ ਲਓ, ਉਹ ਪਹਿਲਾ ਡਾਊਨ ਪਹਿਲਾ ਗੈਂਗਸਟਰ ਡੀਪੀ ਚੰਦ ਭਾਣ ਹੀ ਸੀ। ਕੌਣ ਸੀ ਡੀਪੀ ਚੰਦ ਭਾਣ ਅਤੇ ਕੀ ਕੁਝ ਉਸ ਨਾਲ ਵਾਪਰਿਆ ਅਤੇ ਕੀ ਕੁਝ ਉਸਨੇ ਕੀਤਾ, ਸਾਰਾ ਕੁਝ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ। ਸੋ ਕਿਰਪਾ ਕਰਕੇ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ। ਸੋ ਆਓ ਹੁਣ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਡੀਪੀ ਚੰਦ ਭਾਣ, ਉਸਦਾ ਜਨਮ 26 ਅਗਸਤ 1962 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਚੰਦ ਭਾਣ ਵਿੱਚ ਹੋਇਆ। ਪਰਿਵਾਰ ਵੱਲੋਂ ਉਸਦਾ ਨਾਂ ਪ੍ਰਭਜਿੰਦਰ ਸਿੰਘ ਬਰਾੜ ਰੱਖਿਆ ਗਿਆ। ਪਰਿਵਾਰ ਦੀ ਇਕਲੌਤੀ ਔਲਾਦ ਪ੍ਰਭਜਿੰਦਰ ਸਿੰਘ ਇੱਕ ਚੰਗੇ ਜ਼ਮੀਨ ਜਾਇਦਾਦ ਵਾਲੇ ਘਰ ਵਿੱਚ ਜੰਮਿਆ ਸੀ। ਉਸਦਾ ਪਿਤਾ ਪਿੰਡ ਦਾ ਸਰਪੰਚ ਵੀ ਰਿਹਾ, ਪਰ ਡੀਪੀ ਦੇ ਛੋਟੇ ਹੁੰਦਿਆਂ ਹੀ ਉਸਦੇ ਪਿਤਾ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਕਲੌਤੀ ਔਲਾਦ ਡੀਪੀ ਨੂੰ ਉਸਦੀ ਮਾਂ ਨੇ ਹੀ ਪਾਲ ਪੋਸ਼ ਕੇ ਵੱਡਾ ਕੀਤਾ। ਪ੍ਰਭਜਿੰਦਰ ਸਿੰਘ ਡੀਪੀ ਚੰਦ ਭਾਣ ਦਾ ਨਾਮ ਪੁਲਿਸ ਰਜਿਸਟਰ ਵਿੱਚ ਪਹਿਲੀ ਵਾਰ ਉਦੋਂ ਚੜ੍ਹਿਆ ਜਦੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਆਗੂ ਮੱਖਣ ਸਿੰਘ ਦਾ ਕਤਲ ਹੋ ਜਾਂਦਾ ਹੈ। ਇਸ ਕਤਲ ਕੇਸ ਵਿੱਚ ਡੀਪੀ ਨੂੰ ਨਾਮਜ਼ਦ ਕੀਤਾ ਗਿਆ ਸੀ। ਜਦੋਂ ਬਾਅਦ ਵਿੱਚ ਇਸ ਰਾਹ 'ਤੇ ਉਹ ਪ੍ਰਭਜਿੰਦਰ ਤੁਰਿਆ ਤਾਂ ਉਹਦੇ ਕਦਮ ਬਾਅਦ ਵਿੱਚ ਕਦੇ ਪਿਛਾਂਹ ਨਹੀਂ ਮੁੜੇ। ਉਸ ਸਮੇਂ ਪੰਜਾਬ ਵਿੱਚ ਖਾੜਕੂਵਾਦ ਦਾ ਸੰਘਰਸ਼ ਚੱਲ ਰਿਹਾ ਸੀ। ਇਸ ਕਤਲ ਪਿੱਛੇ ਡੀਪੀ ਦੇ ਸੰਬੰਧ ਪੰਜਾਬ ਦੇ ਕਈ ਵੱਡੇ ਲੀਡਰਾਂ ਅਤੇ ਯੂਪੀ ਦੇ ਕਈ ਵੱਡੇ ਬਾਹੂਬਲੀਆਂ ਨਾਲ ਜਾ ਜੁੜੇ, ਜਿਨ੍ਹਾਂ ਵਿੱਚੋਂ ਯੂਪੀ ਦਾ ਮਸ਼ਹੂਰ ਬਾਹੂਬਲੀ ਅਤੇ ਲੀਡਰ ਮੁਖਤਿਆਰ ਅੰਸਾਰੀ ਵੀ ਇੱਕ ਸੀ। ਯੂਪੀ ਦੇ ਗੈਂਗਸਟਰਾਂ ਨਾਲ ਜੁੜਨ ਤੋਂ ਬਾਅਦ ਉਸਨੇ ਯੂਪੀ ਅਤੇ ਹਰਿਆਣੇ ਦੇ ਕਈ ਸਿਆਸੀ ਆਗੂਆਂ ਦੇ ਕਹਿਣ 'ਤੇ ਕਿਡਨੈਪਿੰਗ, ਕਤਲ ਦੀ ਕੋਸ਼ਿਸ਼ ਅਤੇ ਹੋਰ ਵੱਡੇ ਅਪਰਾਧਾਂ ਨੂੰ ਅੰਜਾਮ ਦਿੱਤਾ। ਇਸ ਤਰ੍ਹਾਂ ਇੱਕ ਕਿਡਨੈਪਿੰਗ ਦੇ ਮਾਮਲੇ ਵਿੱਚ ਡੀਪੀ ਚੰਦ ਭਾਣ ਅਤੇ ਰੌਕੀ ਫਾਜ਼ਿਲਕਾ ਨੂੰ ਬੰਗਲੌਰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਗ੍ਰਿਫਤਾਰੀ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਪੁਲਿਸ ਪ੍ਰੋਡਕਸ਼ਨ ਵਰੰਟ 'ਤੇ ਦੋਵਾਂ ਸੂਬਿਆਂ ਵਿੱਚ ਚੱਲ ਰਹੇ ਕੇਸਾਂ ਕਾਰਨ ਇਹਨਾਂ ਦੋਹਾਂ ਨੂੰ ਇੱਥੇ ਲੈ ਕੇ ਆਉਂਦੀ ਹੈ। ਇਸੇ ਦੌਰਾਨ ਹੀ ਡੀਪੀ ਪੁਲਿਸ ਗ੍ਰਿਫਤ ਵਿੱਚੋਂ ਭੱਜਣ ਵਿੱਚ ਕਾਮਯਾਬ ਹੋ ਜਾਂਦਾ। ਪੁਲਿਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਯੂਪੀ ਲਖਨਊ ਵਿੱਚ ਚੱਲਦੇ ਇੱਕ ਕੇਸ ਵਿੱਚ ਜਦੋਂ ਡੀਪੀ ਨੂੰ ਬਰੀ ਕੀਤਾ ਜਾਂਦਾ ਤਾਂ ਫਰੀਦਕੋਟ ਘਰ ਵਾਪਸੀ ਸਮੇਂ ਬਠਿੰਡਾ ਕੋਟਕਪੂਰਾ ਰੋਡ 'ਤੇ 500 ਦੇ ਕਰੀਬ ਗੱਡੀਆਂ ਵਿੱਚ ਉਸਦੇ ਚਾਹੁਣ ਵਾਲੇ ਡੀਪੀ ਦਾ ਸਵਾਗਤ ਕਰਨ ਲਈ ਪਹੁੰਚੇ ਸਨ, ਜਿਹਦੇ ਵਿੱਚ ਕਾਂਗਰਸ ਅਤੇ ਅਕਾਲੀ ਦਲ ਦੇ ਵੀ ਬਹੁਤ ਸਾਰੇ ਲੀਡਰ ਡੀਪੀ ਨਾਲ ਵੇਖੇ ਗਏ। ਦੋਹਾਂ ਪਾਰਟੀਆਂ ਚਾਹੁੰਦੀਆਂ ਸਨ ਕਿ ਆਉਣ ਵਾਲੇ ਇਲੈਕਸ਼ਨ ਵਿੱਚ ਡੀਪੀ ਉਹਨਾਂ ਦੀ ਪਾਰਟੀ ਵੱਲੋਂ ਚੋਣ ਲੜੇ, ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਜੋ ਹਰੇਕ ਗੈਂਗਸਟਰ ਨਾਲ ਅੰਤ ਦੇ ਵਿੱਚ ਹੁੰਦਾ। ਉਦੋਂ ਪੱਕੇ ਦੋਸਤ ਵੀ ਦੁਸ਼ਮਣ ਬਣ ਜਾਂਦੇ ਆ। ਉਹੀ ਡੀਪੀ ਚੰਦ ਭਾਣ ਨਾਲ ਹੋਇਆ। ਹਮੇਸ਼ਾ ਆਪਣੇ ਨਾਲ 20 ਦੇ ਕਰੀਬ ਹਥਿਆਰਬੰਦ ਸਾਥੀ ਰੱਖਣ ਵਾਲਾ ਡੀਪੀ 7 ਜੁਲਾਈ 2006 ਦੀ ਸ਼ਾਮ ਨੂੰ ਬਿਨਾਂ ਕਿਸੇ ਸਾਥੀ ਜਾਂ ਹਥਿਆਰ ਦੇ ਸਿਕਿਉਰਿਟੀ ਤੋਂ ਚੰਡੀਗੜ੍ਹ ਸੁਖਨਾ ਲੇਕ ਕਲੱਬ ਵਿੱਚ ਆਪਣੇ ਦੋਸਤਾਂ ਨਾਲ ਜਾਂਦਾ। ਇੱਥੇ ਹੀ ਡੀਪੀ ਨੇ ਆਪਣੇ ਇੱਕ ਦੋਸਤ ਜਿਸਦਾ ਨਾਮ ਹਰਨੀਮ ਕੌਰ ਸੀ ਉਸ ਨੂੰ ਮਿਲਣ ਵਾਸਤੇ ਬੁਲਾਇਆ ਸੀ। ਪੁਲਿਸ ਵੱਲੋਂ ਦਿੱਤੀਆਂ ਡਿਟੇਲਸ ਦੇ ਮੁਤਾਬਕ
ਕੋਈ ਸੋਨੇ ਦੀ ਚੈਨ ਹਰਨੀਵ ਨੂੰ ਉਸਨੇ ਦੇਣੀ ਸੀ, ਜਿਸ ਲਈ ਡੀਪੀ ਨੇ ਹਰਨੀਵ ਨੂੰ ਸੁਖਨਾ ਲੇਕ ਕਲੱਬ ਵਿੱਚ ਬੁਲਾਇਆ ਸੀ। ਲੇਕ ਕਲੱਬ ਵਿੱਚ ਪਹੁੰਚ ਕੇ ਉਹ ਔਰਤ ਡੀਪੀ ਨੂੰ ਬਾਹਰ ਬੁਲਾਉਂਦੀ ਹੈ। ਜਦੋਂ ਡੀਪੀ ਹਰਨੀਵ ਦੀ ਨੀਲੇ ਰੰਗ ਦੀ ਸਵਿਫਟ ਕਾਰ ਵਿੱਚ ਬੈਠਦਾ ਤਾਂ 8:40 ਦੇ ਆਸ ਪਾਸ ਮੋਟਰਸਾਈਕਲ ਸਵਾਰ ਦੋ ਲੋਕ ਡੀਪੀ ਉੱਤੇ ਪਿਸਤੌਲਾਂ ਨਾਲ ਫਾਇਰਿੰਗ ਕਰ ਦਿੰਦੇ ਹਨ, ਜਿਸ ਦੌਰਾਨ ਉਸਨੂੰ 5 ਤੋਂ 7 ਗੋਲੀਆਂ ਲੱਗਦੀਆਂ ਨੇ ਅਤੇ ਉਹ ਬੇਹੋਸ਼ ਹੋ ਜਾਂਦਾ। ਜ਼ਖਮੀ ਹੋਈ ਹਰਨੀਵ ਕੌਰ ਕਾਰ ਭਜਾ ਲੈਂਦੀ ਹੈ, ਜਿਸ ਤੋਂ ਬਾਅਦ ਜਦੋਂ ਹਰਨੀਵ ਦੇ ਘਰਦਿਆਂ ਨੂੰ ਇਸ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਉਹ ਆ ਕੇ ਹਰਨੀਵ ਨੂੰ ਲੈ ਜਾਂਦੇ ਅਤੇ PCR ਨੂੰ ਡੀਪੀ ਬਾਰੇ ਸੂਚਿਤ ਕਰ ਦਿੰਦੇ ਆ। ਐਂਬੂਲੈਂਸ ਡੀਪੀ ਨੂੰ ਸੈਕਟਰ 16 ਦੇ ਗੌਰਮੈਂਟ ਹਸਪਤਾਲ ਲੈ ਕੇ ਜਾਂਦੀ, ਜਿੱਥੇ ਪਹੁੰਚਦੇ ਸਾਰ ਹੀ ਡਾਕਟਰ ਉਸਨੂੰ ਮ੍ਰਿਤਕ ਐਲਾਨ ਦਿੰਦੇ ਹਨ। ਆਖਰੀ ਵਾਰ ਡੀਪੀ ਅਤੇ ਹਰਨੀਵ ਦੇ ਵਿਚਕਾਰ ਕੀ ਗੱਲਬਾਤ ਹੋਈ, ਇਹ ਸਾਰੀ ਡਿਟੇਲ ਚੰਡੀਗੜ੍ਹ ਪੁਲਿਸ ਵੱਲੋਂ ਇੱਕ ਨਿਊਜ਼ ਪੇਪਰ ਨਾਲ ਸਾਂਝੀ ਕੀਤੀ ਗਈ ਸੀ। ਡੀਪੀ ਦੀ ਮੌਤ ਦਾ ਕਾਰਨ ਉਸਦਾ ਸਿਆਸਤ ਵਿੱਚ ਵੱਧ ਰਿਹਾ ਕੱਦ ਵੀ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜੁਰਮ ਦੇ ਕਾਰਨ ਅਤੇ ਜੁਰਮ ਕਰਦੇ ਕਰਦੇ ਨੇ ਡੀਪੀ ਨੇ ਕਈ ਬਹੁਤ ਸਾਰੇ ਚੰਗੇ ਕੰਮ ਵੀ ਕੀਤੇ ਸਨ, ਜਿਸ ਕਾਰਨ ਉਸਦੇ ਚਾਹੁਣ ਵਾਲੇ ਵੀ ਬਹੁਤ ਸਨ। ਡੀਪੀ ਨੂੰ ਮਾਰਨ ਦਾ ਸ਼ੱਕ ਹਰਨੀਵ ਕੌਰ ਉੱਤੇ ਵੀ ਗਿਆ ਸੀ, ਪਰ ਪੁੱਛਗਿੱਛ ਤੋਂ ਬਾਅਦ ਉਸਨੂੰ ਰਿਹਾਅ ਕਰ ਦਿੱਤਾ ਗਿਆ। ਫਿਰ ਸ਼ੱਕ ਦੀ ਸੂਈ ਰੌਕੀ ਫਾਜ਼ਿਲਕਾ ਉੱਤੇ ਗਈ। ਡੀਪੀ ਅਤੇ ਰੌਕੀ ਦੋਵੇਂ ਹੀ ਮੁਖਤਿਆਰ ਅੰਸਾਰੀ ਲਈ ਕੰਮ ਕਰਦੇ ਸਨ, ਪਰ ਬਾਅਦ ਵਿੱਚ ਡੀਪੀ ਅੰਸਾਰੀ ਤੋਂ ਅੱਡ ਹੋ ਕੇ ਯੂਪੀ ਦੇ ਹੀ ਇੱਕ ਹੋਰ ਬਾਹੂਬਲੀ ਲਈ ਕੰਮ ਕਰਨ ਲੱਗਾ। ਸਾਲ 2008 ਵਿੱਚ ਰੌਕੀ ਨੂੰ ਵੀ ਚੰਡੀਗੜ੍ਹ ਤੋਂ ਗ੍ਰਿਫਤਾਰ ਕੀਤਾ ਗਿਆ, ਪਰ 2014 ਵਿੱਚ ਕੋਈ ਵੀ ਸਬੂਤ ਨਾ ਮਿਲਣ ਕਰਕੇ ਉਸਨੂੰ ਅਦਾਲਤ ਵੱਲੋਂ ਰਿਹਾਅ ਕਰ ਦਿੱਤਾ ਗਿਆ। ਪਰ ਸਾਲ 2016 ਵਿੱਚ ਰੌਕੀ ਫਾਜ਼ਿਲਕਾ ਦਾ ਵੀ ਕਤਲ ਹੋ ਗਿਆ। ਸੋ ਦੋਸਤੋ, ਇਹ ਸੀ ਕਹਾਣੀ ਡੀਪੀ ਚੰਦਭਾੜ ਦੀ, ਜਿਸ ਨੂੰ ਕਿਹਾ ਜਾਂਦਾ ਹੈ ਕਿ ਉਹ ਪੰਜਾਬ ਦਾ ਪਹਿਲਾ ਗੈਂਗਸਟਰ ਸੀ ਅਤੇ ਜਿਸਦੇ ਆਉਣ ਤੋਂ ਬਾਅਦ ਹੀ ਪੰਜਾਬ ਵਿੱਚ ਗੈਂਗਸਟਰਵਾਦ ਸ਼ੁਰੂ ਹੋਇਆ। ਸੋ ਵੀਡੀਓ ਪੂਰੀ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ। ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਸਾਂਝੇ ਕਰਿਓ ਅਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।